अगस्त 2022 विच पाकिस्तान विच आए हड़ां नाल काफ़ी नुकसान होया। हड़ां दी मार हेठ आया ये इलाका दरिया सिंध अते कोहे सुलेमान पहाड़ां विचाले पैंदा है। ये इलाका लहिंदे पंजाब दे आखिरी ज़िले राजनपुर दे अंदर आउंदा है। करीब 8 to 9 feet उच्चा पानी आउण कारण इस इलाके दे नलकियां दा पानी पीण योग ना रहा। जी सत श्री अकाल जी, असीं इत्थे जिला राजनपुर दे विच असैसमेंट वास्ते आए हां। ਲੋਕਾਂ ਦਾ ਕੀ ਨਿਜ਼ਾਮ ਨੇ, ਕਿਸ ਤਰ੍ਹਾਂ ਰਹਿ ਰਹੇ ਨੇ, ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਨੇ। ਅਤੇ ਅਸੀਂ ਇਸ ਰਾਸਤੇ ਤੋਂ ਗੁਜ਼ਰ ਰਹੇ ਸਾਂ, ਅਸੀਂ ਵੇਖਿਆ ਇਹ ਬਾਈ ਜਿਹੜੇ ਨੇ ਇੱਥੋਂ ਪਾਣੀ ਭਰ ਰਹੇ ਨੇ। ਅਸੀਂ ਇਹਨਾਂ ਕੋਲ ਪੁੱਛਿਆ ਪਾਣੀ ਕਾਹਦੇ ਵਾਸਤੇ ਕਰ ਲੈ ਕੇ ਜਾ ਰਹੇ ਹੋ, ਅਤੇ ਇਹਨਾਂ ਨੇ ਦੱਸਿਆ ਕਿ ਬਈ ਅਸੀਂ ਇਹ ਪੀਣ ਵਾਸਤੇ ਲੈ ਕੇ ਜਾ ਰਹੇ ਹਾਂ। ਜੀ ਇਹ ਤੁਹਾਡੀ ਬਸਤੀ ਅਯੂਬ ਹੈ? ਅੱਛਾ, ਅਤੇ ਕਿੰਨੇ ਮਤਲਬ ਕਿੰਨੀ ਦੇਰ ਤੋਂ ਤੁਸੀਂ ਇਹ ਪਾਣੀ ਇਸਤੇਮਾਲ ਕਰ ਰਹੇ ਹੋ? ਮਿਹਨਤ ਉੱਤੇ ਹੋ ਗਿਆ ਕੋਈ ਪਾਣੀ ਮਿੱਠਾ ਪਾਣੀ ਨਹੀਂ ਹੈ ਪੀਣ ਵਾਸਤੇ, ਅਤੇ ਨਲਕਾ ਵਗੈਰਾ ਕੋਈ ਨਹੀਂ ਲੱਗਿਆ? ਅਤੇ ਕਿੰਨੇ ਕੁ ਉੱਥੇ ਘਰ ਨੇ ਤੁਹਾਡੇ ਇੱਥੇ ਬਸਤੀ ਦੇ ਵਿੱਚ? ਉਦੋਂ 3-4 ਘਰ ਨਾਲ ਹੈ। ਅੱਛਾ, ਜੇ ਕਹਿ ਰਹੇ ਨੇ 3-4 ਸਾਡੇ ਘਰ ਨੇ, ਅਤੇ ਨਾਲ ਵੀ ਬਸਤੀਆਂ ਨੇ ਛੋਟੀ ਛੋਟੀ। ਸਥਾਨਕ ਲੋਕਾਂ ਨੂੰ ਦੂਰ ਦੁਰਾਡਿਓਂ ਤਲਾਬ ਵਿੱਚੋਂ ਪੀਣ ਵਾਲਾ ਪਾਣੀ ਲਿਆਉਣਾ ਪੈਂਦਾ ਹੈ। ਖਾਲਸਾ ਐਡ ਵੱਲੋਂ ਪਿੰਡਾਂ ਦਾ ਦੌਰਾ ਕਰਨ ਉਪਰੰਤ ਨਲਕੇ ਲਾਉਣ ਦੀ ਸੇਵਾ ਲਈ ਗਈ ਹੈ। ਫਿਲਹਾਲ 10 ਪਿੰਡਾਂ ਵਿੱਚ ਨਵੇਂ ਬੋਰ ਕਰਕੇ ਨਲਕੇ ਲਾਏ ਜਾ ਚੁੱਕੇ ਨੇ। ਧੋ ਧੋ